ਜੀ ਇਹ ਹੈਗਾ ਵੀਰ ਜੀ 4ਵੇਂ ਚੈਪਟਰ ਤੇ 75ਵੇਂ ਪੇਜ, ਠੀਕ ਹੈ ਜੀ। ਇਹਦੇ ਵਿੱਚ ਇਹ ਓਬਲੀਗੋ ਲਾਜ਼ਮੀ ਨੇ ਲਾਜ਼ਮੀ ਜ਼ਰੂਰੀ ਦੱਸੇਗਾ, ਠੀਕ ਹੈ ਵੀ ਜਿਵੇਂ ਕਹਿ ਰਹੇ ਨੇ ਸਿਰਫ ਉਵੇਂ ਹੀ ਅਸੀਂ ਸਵਾਲੋ ਕਰ ਸਕਦੇ ਹਾਂ, ਠੀਕ ਹੈ। ਹੁਣ ਇਹ ਤਾਂ ਪਹਿਲਾ ਪੇਜ ਹੈ, ਇਹਦੇ ਵਿੱਚ ਕਹਿ ਰਹੇ ਨੇ ਈ ਸਿਗਨਲ, ਇਹ ਓਬਲੀਗਟੋਰੀ ਸਿਗਨਲ ਹੈ ਵੀ ਚੌਂਕ ਦੇ ਵਿੱਚ ਸਿੱਧੇ ਜਾਓ, ਠੀਕ ਹੈ। ਨਾ ਅਸੀਂ ਸੱਜਾ ਮੁੜ ਸਕਦੇ, ਨਾ ਖੱਬਾ ਮੁੜ ਸਕਦੇ, ਸਿਰਫ ਚੌਂਕ ਦੇ ਵਿੱਚ ਸਿੱਧੇ ਜਾ ਸਕਦੇ ਹਾਂ, ਠੀਕ ਹੈ ਠੀਕ ਹੈ। ਕਹਿੰਦੇ ਸਿਗਨਲ ਵਿਗਰਾਉ ਸਿਗਨਲ ਜਿਹੜੇ ਰਿਫਿਗਰੇਸ਼ਨ ਕਰ ਰਹੇ ਨੇ, ਪੋਸਟ ਤਾਂ ਲੱਗਿਆ ਹੋਵੇਗਾ ਪ੍ਰੀਮਾ ਦੀ ਉਹਨਾਂ ਦੀ ਚੌਂਕ ਤੋਂ ਪਹਿਲੇ ਲੱਗਿਆ ਹੋਵੇਗਾ, ਇੱਕ ਚੌਂਕ ਤੋਂ ਪਹਿਲੇ ਲੱਗਿਆ ਹੋਵੇਗਾ, ਠੀਕ ਹੈ। ਓਬਲੀਗੋ ਪ੍ਰੋਸੀਕਿਊਟਰੀ ਦੀ ਤੋਂ ਅਤੇ ਓਬਲੀਗੋ ਹੈ ਔਰ ਓਬਲੀਗੋ ਹੈ ਪ੍ਰੋਸੀਕਿਊਟਰੀ ਦੀ ਤੋਂ ਸਿੱਧੇ ਸਿੱਧੇ ਜਾਓ, ਯਾਨੀ ਕਿ ਚੌਂਕ ਦੇ ਵਿੱਚੋਂ ਅਸੀਂ ਨਾ ਸੱਜਾ ਮੁੜ ਸਕਦੇ ਹਾਂ ਨਾ ਅਸੀਂ ਖੱਬੇ ਮੁੜ ਸਕਦੇ ਹਾਂ, ਅਸੀਂ ਚੌਂਕ ਦੇ ਵਿੱਚੋਂ ਸਿੱਧੇ ਹੀ ਜਾਣਾ, ਠੀਕ ਹੈ। ਹਾਂਜੀ ਹੁਣ ਇੱਧਰ ਭੁਲੇਖਾ ਨਹੀਂ ਖਾਣਾ, ਇਹ ਓਬਲੀਗੋ ਸਿਗਨਲ ਨਾ ਦਵੇ ਤੋਂ ਨਾ ਨਾ ਇੰਡੀਕੇਸ਼ਨ ਨੇ ਤਾਂ ਨਾ ਪੈਰੀਕੁਲਰ ਦੇ, ਇਹ ਓਬਲੀਗੋ ਦਾ ਸਿਗਨਲ ਹੈ, ਠੀਕ ਹੈ। ਓਬਲੀਗੋ ਦਾ ਸਿਗਨਲ ਨੂੰ ਪ੍ਰਸਕ੍ਰਿਪਸ਼ਨ ਦਾ ਸਿਗਨਲ ਕਹਿ ਸਕਦੇ ਹਾਂ, ਦਵੇ ਤੋਂ ਤਾਂ ਪੈਰੀਕੁਲਰ ਦਾ ਇੰਡੀਕੇਸ਼ਨ ਦਾ ਸਿਗਨਲ ਨਹੀਂ ਕਹਿ ਸਕਦੇ, ਠੀਕ ਹੈ। ਇਹਦੇ 'ਚ ਓਬਲੀਗੋ ਚੌਂਕ ਚੁਸਤ ਜਾਣਾ, ਨਾ ਸੱਜਾ ਮੁੜ ਸਕਦੇ ਨਾ ਖੱਬੇ ਮੁੜ ਸਕਦੇ ਚੌਂਕ ਵਿੱਚੋਂ, ਇੱਕ ਗੱਲ। ਦੂਜੀ ਗੱਲ ਇਹ ਇਹ ਵਨ ਵੇ ਰੋਡ ਹੋਣ ਦਾ ਦੱਸਣਾ ਨਹੀਂ, ਇਹ ਨਹੀਂ ਦੱਸ ਰਿਹਾ ਵੀ ਸਾਹਮਣੇ ਤੋਂ ਆਉਂਦੀ ਗੱਡੀ ਨਹੀਂ ਹੋਣਗੀ, ਸਾਹਮਣੇ ਤੋਂ ਆਉਂਦੀ ਗੱਡੀ ਹੋ ਸਕਦੀ ਹੈ, ਲੇਕਿਨ ਚੌਂਕ ਦੇ ਵਿੱਚੋਂ ਤੁਹਾਨੂੰ ਸਿਰਫ ਓਬਲੀਗੋ ਸਿੱਧਾ ਜਾਣਾ, ਠੀਕ ਹੈ, ਸੱਜੇ ਖੱਬੇ ਨਹੀਂ ਮੁੜ ਸਕਦੇ। ਕਿੰਨਾ ਸਿਨੇਹਾ ਫਿਗਰ ਆ ਤੋਂ ਇਹ ਸਿਨੇਹਾ ਜਿਹੜਾ ਦੋ ਨੰਬਰ ਕੁਸ਼ਚਨ ਹੈ, ਕਿੰਨੇ ਨਾਲ ਇੰਕਰੋਚ ਚੌਂਕ ਦੇ ਵਿੱਚ ਨੋਨ ਪਰਮੇ ਤੇ ਲਾ ਸਵਾਲਤਾ ਦੇ ਇਸ ਤਰ੍ਹਾਂ ਉਹ ਅਸ ਨਹੀਂ ਇਸ ਤਰ੍ਹਾਂ, ਕਹਿੰਦੇ ਸੱਜੇ ਖੱਬੇ ਮੁੜਨ ਦੀ ਇਜਾਜ਼ਤ ਨਹੀਂ ਦਿੰਦਾ, ਨਹੀਂ ਦੁਰਸ ਕਹਿੰਦੇ ਵੇਰ ਹੋਇਆ, ਸੱਜੇ ਖੱਬੇ ਮੁੜਨ ਦੀ ਇਜਾਜ਼ਤ ਨਹੀਂ ਦਿੰਦਾ ਹੈ ਵੀ ਵੇਰ ਹੋਇਆ, ਨੋਨ ਪਰਮੇ ਤੇ ਨਹੀਂ ਇਜਾਜ਼ ਦਿੰਦਾ, ਨੋਨ ਕੰਸੈਂਟੀ ਤੋਂ ਨਹੀਂ ਇਜਾਜ਼ਤ ਹੈ, ਪਰਮੇ ਤੇ ਇਜਾਜ਼ਤ ਨਹੀਂ ਹੈ, ਠੀਕ ਨੋਨ ਪਰਮੇ ਤੇ ਨਹੀਂ ਇਜਾਜ਼ਤ ਹੈ, ਸਵਾਲਤਾ ਦਾ ਚੌਂਕ ਦੇ ਵਿੱਚ ਮੁੜਨਾ ਇਸ ਤਰ੍ਹਾਂ ਸੱਜੇ ਨੂੰ ਉਹ ਅਸ ਨਹੀਂ, ਉਹ ਜਾਂ ਫਿਰ ਅਸ ਨਹੀਂ ਇਸ ਤਰ੍ਹਾਂ ਖੱਬੇ ਨੂੰ, ਠੀਕ ਹੈ, ਸੱਜੇ ਖੱਬੇ ਮੁੜਨ ਦੀ ਇਜਾਜ਼ਤ ਨਹੀਂ ਦਿੰਦਾ ਫਿਰ ਹੋਇਆ ਵੀ। ਇਸੇ ਨੇ ਫਿਗਰ ਆਫ ਸਿਗਨਲ ਜਿਹੜੇ ਰੈਫਿਗਰੇਸ਼ਨ ਕਰ ਰਹੇ ਨੇ, ਉਹਨਾਂ ਸਿਗਨਲ ਦੀ ਦ੍ਰਿਸ਼ਯੋ ਨੇ ਬੋਲੀ ਤੁਰਿਓ, ਇਹ ਸਿਗਨਲ ਜਿਹੜਾ ਰੈਫਿਗਰੇਸ਼ਨ ਕਰ ਰਹੇ ਨੇ, ਠੀਕ ਹੈ, ਉਹਨਾਂ ਸਿਗਨਲ ਇੱਕ ਸਿਗਨਲ ਹੈਗਾ। ਇੱਥੇ ਤੁਹਾਨੂੰ ਸਾਰੇ ਕੁਐਸਚਨ ਸੇਮ ਹੀ ਹੁੰਦੇ ਨੇ, ਠੀਕ ਹੈ, ਅੱਗੂ ਜਗ੍ਹਾ ਕੁਐਸਚਨ ਦਾ ਦੋ ਤਿੰਨ ਅਰਥ ਲਫ਼ਜ਼ਾਂ 'ਚ ਅਰਥ ਹੁੰਦਾ, ਮਤਲਬ ਹੁੰਦਾ, ਠੀਕ ਹੈ ਵੀ ਸਵਾਲ ਵੇਰ ਹੋਣਗੇ ਫਾਲਸ ਹੋਣੇ, ਇੱਥੇ ਤੁਹਾਨੂੰ ਤਕਰੀਬਨ ਸਾਲ ਸਾਰੇ ਸੇਮ ਹੀ ਹੁੰਦੇ ਨੇ, ਕਿਉਂ ਉਹਨਾਂ ਸਿਗਨਲ ਇਹ ਹੈਗਾ ਦ੍ਰਿਸ਼ਯੋ ਨੇ ਬੋਲੀ ਤੁਰਿਓ, ਇਹ ਡਾਇਰੈਕਸ਼ਨ ਓਬਲੀਗੋ ਦੀ ਦਾ ਹੈ, ਦੁਰਸ ਕਹਿੰਦੇ ਵੇਰ ਹੋਇਆ, ਓਬਲੀਗੋ ਦੀ ਡਾਇਰੈਕਸ਼ਨ ਹੀ ਦੱਸ ਰਹੇ ਨੇ, ਸਾਨੂੰ ਤਾਂ ਇਹ ਪਤਾ ਹੈ ਵੇਰ, ਇਸ ਕਰਕੇ ਵੇਰੋ ਓਬਲੀਗੋ ਹੁੰਦਾ ਲਾਜ਼ਮੀ ਜ਼ਰੂਰੀ, ਵੀ ਜਿਵੇਂ ਕਹਿ ਰਹੇ ਨੇ ਉਵੇਂ ਹੀ ਅਸੀਂ ਕਰਨਾ, ਉਹ ਚੌਂਕ ਦੇ ਵਿੱਚ ਸਿੱਧਾ ਜਾਣ ਦਾ ਤੀਜਾ ਨਿਸ਼ਾਨਾ, ਸਿਰਫ ਚੌਂਕ ਦੇ ਵਿੱਚ ਸਿੱਧਾ ਹੀ ਜਾਣਾ, ਨਾ ਸੱਜਾ ਮੁੜ ਸਕਦੇ ਨਾ ਖੱਬਾ ਮੁੜ ਸਕਦੇ ਹਾਂ, ਠੀਕ ਹੈ, ਵੀ ਜਿਵੇਂ ਤੀਜਾ ਨਿਸ਼ਾਨਾ ਸਿਰਫ ਉੱਧਰ ਹੀ ਜਾਣਾ। ਓਬਲੀਗੋ ਦੀ ਸਿਗਨਲ ਦੀ ਨਿਸ਼ਾਨੀ ਹੁੰਦੀ ਹੈ, ਇੱਕ ਨੰਬਰ 'ਤੇ ਸਿਗਨਲ ਹੋਣਗੇ ਬਲੂ, ਦੂਸਰੇ ਨੰਬਰ 'ਤੇ ਇਹ ਗੋਲ ਹੋਣਗੇ, ਠੀਕ ਹੈ, ਜੇ ਚਾਰ ਕੋਨੇ ਵਾਲਾ ਬਲੂ ਹੋਵੇ ਤਾਂ ਓਬਲੀਗੋ ਦਾ ਨਹੀਂ ਹੋਣਗਾ, ਜੇ ਬਲੂ ਹੋਵੇ ਲੇਕਿਨ ਸੋਰੀ ਜੇ ਗੋਲ ਹੋਵੇ ਬਲੂ ਨਾ ਹੋਵੇ ਤਾਂ ਓਬਲੀਗੋ ਨਹੀਂ ਹੋਣਗਾ, ਠੀਕ ਹੈ, ਉਹ ਕੋਈ ਹੋਰ ਸਿਗਨਲ ਹੋਵੇਗਾ, ਇਹ ਹੋਣਾ ਚਾਹੀਦਾ ਓਬਲੀਗੋ ਦਾ ਸਿਗਨਲ, ਗੋਲ ਵੀ ਹੋਣਾ ਚਾਹੀਦਾ ਔਰ ਬਲੂ ਵੀ ਹੋਣਾ ਚਾਹੀਦਾ ਤਾਂ ਓਬਲੀਗੋ ਦਾ ਸਿਗਨਲ ਹੋਵੇਗਾ, ਠੀਕ ਹੈ, ਓਬਲੀਗੋ ਲਾਜ਼ਮੀ ਜ਼ਰੂਰੀ ਦਾ ਸਿਗਨਲ ਜਿਵੇਂ, ਠੀਕ ਹੈ। ਚਾਰ ਵਜੇ ਸਿਨੇਹਾ ਫਿਗਰਾ ਤੋਂ ਸਿਗਨਲ ਰੈਫਿਗਰੇਸ਼ਨ ਕਰਨੇ, ਪਰਮੇ ਤੇ ਜਾ ਦਿੰਦਾ ਹੈ, ਸਵਲਤਾ ਸਵਲਤਾ ਰੇ ਸਵਲਤਾ ਨੇ ਚੌਂਕ ਦੇ ਵਿੱਚ ਮੋੜਨਾ, ਸੱਜੇ ਖੱਬੇ ਜਿਵੇਂ ਮੋੜਨਾ, ਦਸ ਤਰ੍ਹਾਂ ਸੱਜੇ ਨੂੰ ਉਹ ਆ ਸਨੀਸਤਰਾ ਜਾਂ ਫਿਰ ਖੱਬੇ ਨੂੰ, ਸੱਜੇ ਖੱਬੇ ਮੁੜਨ ਦੀ ਯਾਦ ਦਿੰਦਾ ਨਹੀਂ, ਕਿਉਂਕਿ ਓਬਲੀਗੋ ਚੌਂਕ ਦੇ ਵਿੱਚ ਸਿੱਧਾ ਜਾਣਾ, ਇਸ ਕਰਕੇ ਫਾਲਸ ਹੋਇਆ, ਕਿਉਂਕਿ ਅਸੀਂ ਜਿਹੜਾ ਪਾਣੇ ਆ ਉਹ ਚੌਂਕ ਦੇ ਵਿੱਚ ਸਿਰਫ ਸਿੱਧਾ ਜਾਣ ਦਾ ਕਹਿੰਦਾ। ਇਸ ਨੇ ਫਿਰ ਪੰਜ ਨੰਬਰ ਕੁਸ਼ਚਨ, ਇੰਡੀ ਗਾਂਡੀ ਕਿਤੇ ਇਸ਼ਾਰਾ ਦਿੰਦੇ ਨੇ, ਲਾ ਫੀ ਨੇ ਖਤਮ ਹੋ ਗਿਆ, ਦੋ ਪੀਸੈਂਸੋ ਦੀ ਚੁਕਰਸ਼ਨ, ਦੋ ਪੀਸੈਂਸ ਚੁਕਰਸ਼ਨ ਕੀ ਹੁੰਦਾ ਹੈ, ਦੋ ਪੀਸੈਂਸ ਚੁਕਰਸ਼ਨ ਹੁੰਦਾ ਇੱਕ ਆਉਣ ਵਾਲੀ ਕੁਰਸੀ ਇੱਕ ਜਾਣ ਵਾਲੀ ਕੁਰਸੀ ਹੈ, ਠੀਕ ਹੈ। ਕਹਿੰਦੇ ਦੋ ਪੀਸੈਂਸ ਚੁਕਰਸ਼ਨ ਖਤਮ ਹੋ ਗਿਆ, ਇੱਕ ਦੋ ਪੀਸੈਂਸ ਚੁਕਰਸ਼ਨ ਹੈ ਹੀ ਨਹੀਂ, ਇਸ ਕਰਕੇ ਇਹ ਗਲਤ ਕਿਨੇ ਫਾਲਸ ਹੋਇਆ, ਠੀਕ ਹੈ। ਇਹ ਦੋ ਪੀਸੈਂਸ ਚੁਕਰਸ਼ਨ ਹੈ, ਦੋ ਪੀਸੈਂਸ ਚੁਕਰਸ਼ਨ ਹੁੰਦਾ ਵੀ ਇੱਕ ਆਉਣ ਵਾਲੀ ਕੁਰਸੀ ਇੱਕ ਜਾਣ ਵਾਲੀ ਕੁਰਸੀ, ਇਸ ਕਰਕੇ ਇਹ ਗਲਤ ਕਿਨੇ ਫਾਲਸ ਹੋਇਆ। ਛੇ ਨੰਬਰ ਕੁਸ਼ਚਨ, ਦੋ ਪੀਸੈਂਸ, ਬਿਲਕੁਲ ਬਿਲਕੁਲ, ਦੋ ਪੀਸੈਂਸ ਉਹਦੇ ਇੱਕ ਤਾਂ ਇੱਕ ਥੱਲੇ ਨੂੰ ਆਉਂਦਾ ਹੋਵੇਗਾ, ਅਤੇ ਮੁਮਕਿਨ ਹੈ ਤਿੰਨ ਕੋਨੇ ਵਾਲਾ ਸਿਗਨਲ ਹੋਵੇ ਇੱਕ ਵੈਰੀਕਲੋ ਦਾ ਵੀ ਖਤਰਾ ਹੋਵੇਗਾ, ਦੋ ਪੀਸੈਂਸ ਰੋਡ ਹੁੰਦਾ, ਠੀਕ ਹੈ। ਕਿਉਂਕਿ ਦੋ ਪੀਸੈਂਸ ਹੁੰਦਾ ਇੱਕ ਜਾਣ ਵਾਲੀ ਕੁਰਸੀ ਹੁੰਦੀ, ਇੱਕ ਆਉਣ ਵਾਲੀ ਕੁਰਸੀ, ਕਈ ਨਿਸ਼ਾਨੀਆਂ ਹੁੰਦੀਆਂ ਦੋ ਪੀਸੈਂਸ ਹੁੰਦੀਆਂ, ਠੀਕ ਹੈ, ਜਿਹੜੀ ਅਸੀਂ ਨਾਲ ਨਾਲ ਪੜ੍ਹੀ ਜਾਵਾਂਗੇ। ਅਗਲੇ ਬੇ ਛੇ ਨੰਬਰ ਕੁਸ਼ਚਨ, ਸਿਗਨਲ ਫਿਗਰਾ ਤੋਂ ਸਿਗਨਲ ਰੈਫਿਗਰੇਸ਼ਨ ਕਰ ਰਹੇ ਨੇ, ਇੰਡੀ ਗਾਂਡੀ ਕਹਿੰਦੇ ਨੇ, ਇੰਡੀ ਦੇ ਸ਼ੁਰੂ ਹੋ ਗਿਆ ਦਲ ਸੈਂਸੋਨੀਗੋ, ਦੇਖੋ ਨਾ ਹੀ ਦੋ ਪੀਸੈਂਸ ਸ਼ੁਰੂ ਹੋਏ ਨਾ ਹੀ ਇਹ ਸੈਂਸੋਨੀਗੋ, ਸੈਂਸੋਨੀਗੋ ਹੁੰਦਾ ਵਨ ਵੇ ਰੋਡ, ਇੱਕ ਪਲੀ ਜਾਣ ਜਾਣ ਵਾਲੀ ਸਿਰਫ ਰੋਡ, ਸਾਹਮਣੇ ਤੋਂ ਆਉਂਦੀ ਗੱਡੀ ਨਹੀਂ ਆਉਂਦੀ ਉੱਥੇ, ਉਹ ਬੋਰਡ ਜਿਹੜਾ ਤੁਸੀਂ ਹੁੰਦਾ ਉਹ ਐਚ ਨੂੰ ਦਬਾਓਗੇ ਨਾ, ਐਚ ਵੀ ਜਾ ਕੇ ਥੱਲੇ ਇੱਕ ਕੋਡ ਆਉਂਦਾ 157, ਇਹ ਫਿਗੂਰ 157, ਇਸ ਫਿਗੂਰ 157 ਨੂੰ ਦਬਾਓਗੇ ਤਾਂ ਇਹਦੇ ਵਿੱਚ ਇੱਕ ਚਾਰ ਕੋਨੇ ਵਾਲਾ ਬੋਰਡ ਨਿਕਲੇਗਾ, ਫੋਟੋ ਨਿਕਲੇਗਾ, ਬਲੂ ਹੀ ਹੋਵੇਗਾ ਜਿਹੜਾ, ਲੇਕਿਨ ਇਹ ਸੈਂਸੋਨੀਗੋ ਦਾ ਬੋਰਡ ਹੈ, ਇਹ ਜਿਹੜਾ ਨਾ ਹਾਂਜੀ
ਜਿਹੜਾ ਨਾ ਇਹ ਹੁੰਦਾ ਵਨ ਵੇ ਰੋਡ ਦੱਸਣ ਦਾ, ਇਹ ਲੇਕਿਨ ਚਾਰ ਕੋਨੇ ਵਾਲਾ ਹੁੰਦਾ, ਅਸੀਂ ਜਿਹੜਾ ਪੜ੍ਹੇ ਹਾਂ ਉਹ ਓਬਲੀਗੋਦ ਹੈ, ਇਸ ਕਰਕੇ ਇਹ ਸੈਂਸੋਨੀਕੋ ਵਾਲਾ ਸਵਾਲ ਇਹ ਵੀ ਗਲਤ ਹੈ। ਕਹਿੰਦੇ ਵੀ ਸੀਨਾ ਫਿਕਰਾਂ ਉੱਡੀ ਗੰਢੀ ਕਹਿੰਦੇ ਨੇ ਵੀ ਇੰਨੀ ਜੇ ਸ਼ੁਰੂ ਹੋ ਗਿਆ ਦਲ ਸੈਂਸੋਨੀਕੋ ਵੀ ਰੋਡ ਇੱਕ ਵਨ ਵੇ ਸ਼ੁਰੂ ਹੋ ਗਿਆ, ਫਾਲਸ ਹੋ ਗਿਆ ਨਾ ਵੀ, ਠੀਕ ਹੈ ਬਰਾਵੋ। ਅੱਗੇ ਲਓ ਜੀ ਆ ਗਿਆ ਹੁਣ ਅੱਗਾ, ਪਹਿਲੇ ਸੀਗਾ ਤਕਰੀਬਨ ਸੇਮ ਹੀ ਕੁਐਸਚਨ ਹੋਣਗੇ, ਠੀਕ ਹੈ ਕੁਐਸਚਨ ਮੁਸ਼ਕਿਲ ਨਹੀਂ ਹੋਣਗੇ। ਪਹਿਲੇ ਸੀਗਾ ਓਬਲੀਗੋ ਚੌਂਕ ਵਿੱਚ ਸਿੱਧਾ ਜਾਣਾ, ਹਾਂਜੀ ਹੁਣ ਹੈਗਾ ਉਹ ਚੌਂਕ ਦੇ ਵਿੱਚ ਓਬਲੀਗੋ ਹੈ ਖੱਬੇ ਮੋੜਨਾ, ਠੀਕ ਹੈ ਗੱਲ ਸੇਮ ਹੀ ਹੈ ਤਕਰੀਬਨ, ਠੀਕ ਹੈ। ਕਹਿੰਦੇ ਵੀ ਸਿਨੇਹਾ ਫਿਕਰਾ ਤੁਸੀਂ ਫਿਕਿਸ਼ ਕਰ ਰਹੇ, ਨੋਨ ਪਰਮੇਤੇ, ਨੋਨ ਪਰਮੇਤੇ ਵੀ ਇਜਾਜ਼ਤ ਨਹੀਂ ਦਿੰਦਾ, ਨੋਨ ਕੰਸੈਂਟੀ ਦਿੰਦਾ ਪਰਮੇਤੇ ਦੀ ਸਫਲਤਾ ਰਹੇ ਜਿਸ ਤਰ੍ਹਾਂ ਸੱਜੇ ਮੋੜਨ ਦੀ, ਯਾਨੀ ਕਿ ਜਦ ਓਬਲੀਗੋ ਹੋ ਗਿਆ ਖੱਬੇ ਮੋੜਨਾ ਤੇ ਫਿਰ ਸੱਜੇ ਮੋੜਨ ਦੀ ਇਜਾਜ਼ਤ ਯਾਨੀ ਕਿ ਨਹੀਂ ਦਿੰਦਾ, ਇਸ ਕਰਕੇ ਇਹ ਵੇਅਰ ਹੋਇਆ ਨਾ, ਠੀਕ ਹੈ ਸਿਨੇਹਾ ਫਿਕਰਾ ਤੋਂ। ਸਿਗਨੇਚਰ ਫਿਗਰ ਸ਼ਿਕਾਰ ਨੇ ਦੋਨੋਂ ਕੁਸ਼ਚਨ ਹੈ, ਅਲ ਇਨਕਰੋਚ ਚੌਂਕ ਦੇ ਵਿੱਚ, ਇਨਕਰੋਚ ਇੰਟਰਸੈਸ਼ਨ ਇਹ ਚੌਂਕ ਨੂੰ ਕਹਿੰਦੇ ਨੇ, ਠੀਕ ਹੈ ਕਰੋਚੀਵੇ ਬਿਫਰਕਸ਼ਨ ਇਹ ਸਾਰਾ ਇਸ ਬੀਬੀਓ ਸ਼ਰਧਾਲ ਇਹ ਸਾਰਾ ਚੌਂਕ ਨੂੰ ਕਹਿੰਦੇ ਨੇ, ਠੀਕ ਹੈ ਸਾਡੇ ਕਿਹਾ ਹੁਣ ਕਹਿ ਇਨਕਰੋਚ ਚੌਂਕ, ਅਲ ਇਨਕਰੋਚ ਚੌਂਕ ਦੇ ਵਿੱਚ ਓਬਲੀਗੋ ਹੈਗਾ ਸਵਲਤਾ ਰੇ ਸਨਿਸਤਰਾ, ਓਬਲੀਗੋ ਹੈਗਾ ਕਿੱਧਰ ਸਵਲਤਾ ਰੇ ਹੁੰਦਾ ਚੌਂਕ ਦੇ ਵਿੱਚੋਂ ਮੋੜਨਾ, ਆਹ ਸਨਿਸਤਰਾ ਖੱਬੇ ਨੂੰ ਦਰੁਸਤ ਕਰਨ ਪੇਰ ਹੋਇਆ, ਓਬਲੀਗੋ ਹੈਗਾ ਖੱਬੇ ਮੋੜਨਾ ਚੌਂਕ ਦੇ ਵਿੱਚੋਂ। ਇਹ ਕਹਿੰਦੇ ਵੀ ਜਿਹੜਾ ਕੁਐਸਚਨ ਨਾ ਜਿਹੜਾ ਕੋਈ ਲਫਜ਼ ਨਾ ਸਮੇਂ ਲੱਗੇ, ਜੋ ਕੋਈ ਕੁਐਸਚਨ ਨਾ ਸਮੇਂ ਲੱਗੇ, ਜੋ ਕੋਈ ਲਾਈਨ ਨਾ ਸਮੇਂ ਲੱਗੇ, ਮੈਨੂੰ ਦੁਬਾਰਾ ਰਿਪੀਟ ਕਰਾ ਲੈਣਾ, ਠੀਕ ਹੈ ਬਿਨਾਂ ਚੱਕੇ ਬਿਨਾਂ ਸ਼ਰਮਾਏ, ਕਿਉਂਕਿ ਈਜ਼ੀ ਨੇ ਇਸ ਕਰਕੇ ਮੈਂ ਥੋੜ੍ਹਾ ਤੇਜ਼ ਵੀ ਪੜਾਂਗਾ, ਕੋਈ ਫਰਕ ਨਹੀਂ ਪੈਣ ਲੱਗਾ ਕਿਉਂਕਿ ਸੇਮ ਹੀ ਕੁਐਸਚਨ ਸਾਡੇ ਰਿਪੀਟ ਹੋ ਰਹੇ ਨੇ, ਸਿਰਫ ਡਾਇਰੈਕਸ਼ਨ ਚੇਂਜ ਹੋ ਰਹੀ ਹੈ, ਠੀਕ ਹੈ ਹਾਂਜੀ। ਇਸ ਨੇ ਵਿਗਰਾਵ ਸਿਗਨੇਚਰ ਫਿਕਸ਼ ਕਰ ਰਹੇ ਨੇ, ਅਲੇ ਇੰਕਰੋਚ ਚੌਂਕ ਦੇ ਵਿੱਚ ਨੋਨ ਪਰਮੇਤੇ ਡੀਪਰ ਸੁਖਵੀਰ ਦਰੀ ਤੋਂ ਸਿੱਧਾ ਜਾਣ ਦੀ ਇਜਾਜ਼ਤ ਨਹੀਂ ਦਿੰਦਾ, ਨਹੀਂ ਪਰਮੇਤੇ ਕਰਦਾ, ਨਹੀਂ ਇਜਾਜ਼ ਦਿੰਦਾ, ਕਿਉਂ ਕਿਉਂਕਿ ਓਬਲੀਗੋ ਖੱਬੇ ਮੋੜਨਾ ਵੇਰ ਹੋਇਆ। ਇਸ ਨੇ ਵਿਗਰਾਵ ਤੋਂ ਪਰਮੇਤੇ ਸਿਗਨੇਚਰ ਫਿਕਸ਼ ਕਰ ਰਹੇ ਇਜਾਜ਼ ਦਿੰਦਾ ਹੈ, ਅਦੀ ਅੰਦਾਰੇ ਦਰੀ ਤੋਂ ਸਿੱਧਾ ਜਾਣ ਦੀ ਇਜਾਜ਼ ਦਿੰਦਾ ਹੈ, ਅਲ ਪ੍ਰੋਸੀਮੋ ਇੰਕਰੋਚ ਅਗਲੇ ਚੌਂਕ ਵਿੱਚੋਂ। ਨਿਹਾਇਤ ਹੀ ਫਜ਼ੂਲ ਗੱਲ ਕੀਤੀ ਨੇ ਤੇ ਗਲਤ ਕਹਿੰਦੇ, ਕਹਿੰਦੇ ਪਰਮੇਤੇ ਇਜਾਜ਼ ਦਿੰਦਾ ਪ੍ਰੋਸੀਕਿਊਟਰ ਦਰੀ ਤੋਂ ਅੰਦਾਰੇ ਦਰੀ ਤੋਂ ਸਿੱਧਾ ਜਾਣ ਦੀ, ਫਾਲਸ ਹੋ ਗਿਆ ਕਿਉਂਕਿ ਅਗਲੇ ਚੌਂਕ ਵਿੱਚ ਸਿੱਧਾ ਜਾਣ ਇਜਾਜ਼ਤ ਨਹੀਂ ਹੈ, ਓਬਲੀਗੋ ਖੱਬੇ ਮੋੜੋ ਫਾਲਸ ਹੋ। ਇਸੇ ਤਰ੍ਹਾਂ ਪੰਜਵਾਂ ਕੁਐਸਚਨ ਹੈ, ਇਹਦੇ ਨਾਲ ਰਲਦਾ ਮਿਲਿਆ ਕਿ ਸਿਨੇਹਾ ਫਿਕਰਾ ਸਿਗਨੇਚਰ ਫਿਕਸ਼ਨ ਕਰ ਰਹੇ ਨੇ, ਪਰਮੇਤੇ ਇਜਾਜ਼ ਦਿੰਦਾ ਹੈ ਸਵਲਤਾਰੇ ਸਨਿਸਤਰਾ, ਨਹੀਂ ਸਵਲਤਾਰੇ ਸਨਿਸਤਰਾ ਨਹੀਂ ਕਰਦੇ, ਸੋਰੀ ਦੈਸਤਰਾ ਦੈਸਤਰਾ ਲਿਖਿਆ, ਸਵਲਤਾਰੇ ਸਨਿਸਤਰਾ ਇੱਥੇ ਕਰ ਸਕਦੇ, ਓਬਲੀਗੋ ਦੈਸਤਰਾ ਪਰਮੇਤੇ ਇਜਾਜ਼ਤ ਨਹੀਂ ਦਿੰਦਾ, ਫਾਲਸ ਹੋਇਆ ਇਸ ਕਰਕੇ, ਕਹਿੰਦੇ ਪਰੋਸੀ ਮੋਈ ਕਰੋ ਅਗਲੇ ਚੌਂਕ ਵਿੱਚੋਂ, ਕਹਿੰਦਾ ਸਵਲਤਾਰੇ ਦਸਤਰਾ ਇਜਾਜ਼ਤ ਹੈ ਅਗਲੇ ਚੌਂਕ ਵਿੱਚੋਂ, ਫਾਲਸ ਹੋ ਗਿਆ ਕਿਉਂਕਿ ਇਜਾਜ਼ਤ ਨਹੀਂ ਹੈ। ਇਸ ਨੇ ਫਿਕਰਾ ਤੋਂ ਇੰਡੀ ਗੰਢੀ ਕਹਿੰਦੇ ਨੇ ਕਿ ਸੀ ਇਨਕਰੋਚਿਆ ਉਹ ਅਸਤਰਾ ਦਾ ਅਸੈਂਸੋਨੀਗੋ, ਇਨਕਰੋਚਿਆ ਮਿਲੇਗਾ ਉਹ ਅਸਤਰਾ ਦਾ ਇੱਕ ਰੋਡ ਸੈਂਸੋਨੀਗੋ, ਜਿਹੜਾ ਵਨ ਵੇ ਰੋਡ ਮਿਲੇਗਾ ਇੱਕ, ਗਲਤ ਕਿਵੇਂ ਫਾਲਸ ਹੋਇਆ, ਕੋਈ ਵਨ ਵੇ ਰੋਡ ਮਿਲਣ ਦਾ ਸ਼ਬਦ ਨਹੀਂ ਹੈ ਵੀ, ਇਸ ਕਰਕੇ ਵੀ ਗਲਤ ਕਿਵੇਂ ਫਾਲਸ ਹੋਇਆ, ਠੀਕ ਹੈ। ਹੁਣ ਜਿਵੇਂ ਕਿ ਅਸੀਂ ਓਬਲੀਗੋ ਸੀ ਖੱਬੇ ਮੋੜਨਾ ਜਾਂ ਓਬਲੀਗੋ ਸੀ ਸਿੱਧਾ ਜਾਣਾ, ਇਸੇ ਤਰ੍ਹਾਂ ਸੇਮ ਹੀ ਚੀਜ਼ ਇੱਥੇ ਰਿਪੀਟ ਹੋਵੇਗੀ, ਓਬਲੀਗੋ ਹੈਗਾ ਕਿੱਥੇ ਸੱਜੇ ਮੋੜਨਾ ਅਗਲੇ ਪੇਜ ਦੇ ਉੱਤੇ, ਠੀਕ ਹੈ 77 ਨੰਬਰ ਪੇਜ, ਹਾਂਜੀ ਸਿਰਫ ਡਾਇਰੈਕਸ਼ਨ ਚੇਂਜ ਹੋਈ ਹੈ, ਤਕਰੀਬਨ ਸਵਾਲ ਰਲਦੇ ਮਿਲਦੇ ਸੇਮ ਹੀ ਹੋਣਗੇ, ਠੀਕ ਹੈ ਸਿਨੇਹਾ ਵਿਗਰਾਵ ਸਿਗਨੇਚਰ ਫਿਕਸ਼ ਕਰ ਰਹੇ, ਨੋਨ ਪਰਮੇਤੇ ਨਹੀਂ ਇਜਾਜ਼ ਦਿੰਦਾ, ਅਸਵਲਤਾਰੇ ਸਵਲਤਾਰੇ ਚੌਂਕ ਦੇ ਵਿੱਚ ਮੋੜਨਾ, ਜਿਹੜੇ ਕੁਐਸਚਨ ਸ਼ੁਰੂ ਮੁਸ਼ਕਿਲ ਹੋਣਗੇ ਨਾ, ਏ ਬੀ ਸੀ ਡੀ ਲਿਖ ਕੇ ਨਾ ਇੱਕ ਪੇਜ ਬਣਾ ਕੇ ਕਾਪੀ ਦੇ, ਏ ਵਾਲੇ ਪੇਜ ਤੇ ਏ ਵਾਲੇ ਲਿਫਿਸ, ਬੀ ਵਾਲੇ ਤੇ ਬੀ ਤੇ ਸੀ ਵਾਲੇ ਤੇ ਸੀ ਤੇ ਜ਼ੈਡ ਵਾਲੇ ਤੇ ਜ਼ੈਡ ਵਾਲੇ, ਹੁਣ ਪਰਮੇਤੇ ਪੀ ਨਾਲ ਹੁੰਦਾ ਇਸ ਕਰਕੇ ਪੀ ਵਾਲੇ ਪੀ ਵਾਲੀ ਵਰਡਿੰਗ ਵਿੱਚ, ਠੀਕ ਹੈ ਪੀ ਆਪਣੀ ਡਿਕਸ਼ਨਰੀ ਜੀ ਬਣਾ ਲੈਣੀ, ਇੱਕ ਵਕ ਪੂਰੀ ਕਾਪੀ ਬਣਾ ਲੈਣੀ ਹੈ, ਠੀਕ ਹੈ ਕਿ ਕੱਲ੍ਹ ਤੁਹਾਨੂੰ ਜਦ ਤੁਸੀਂ ਅਸੀਂ ਟ੍ਰਾਂਸਲੇਸ਼ਨ ਕਾਫੀ ਸਾਰੀ ਲਿਖੀ ਹੋਵੇਗੀ ਨਾ, ਸਾਨੂੰ ਉਹ ਢੂੰਢਣੇ ਆਸਾਨੀ ਹੋਵੇ, ਠੀਕ ਹੈ ਕਿਹੜੀ ਕਿੱਥੇ ਲਿਖੀ ਹੋਈ ਹੈ, ਬਰਾਵੋ ਸ਼ਾਬਾ। ਜਿਹੜੀ ਚੀਜ਼ ਨਾ ਸਮੇਂ ਲੱਗੇ 24/7 ਮੈਨੂੰ ਵਟਸਐਪ 'ਤੇ ਭੇਜ ਦੇ ਜਾਓ, ਜਿਹੜੀਆਂ ਗਲਤੀਆਂ ਨਹੀਂ ਸਮਝ ਆਉਂਦੀਆਂ, ਜੇ ਸਕਰੀਨਸ਼ੋਟ ਲੈ ਕੇ ਭੇਜੀ ਜਾਓ, ਕੁਐਸਚਨ ਖਰਾਬ ਹੋਣ ਗਲਤ ਹੋਣ 'ਤੇ, ਜੇ ਕੋਈ ਤੁਹਾਨੂੰ ਸਹੀ ਵੀ ਹੋ ਗਿਆ ਕੁਐਸਚਨ ਲੇਕਿਨ ਕਨਫਿਊਜ਼ਨ ਹੈ ਉਹਦੇ ਬਾਰੇ, ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ, ਮੈਨੂੰ ਭੇਜੋ, ਮੈਂ ਕਨਫਿਊਜ਼ਨ ਖਤਮ ਕਰਾਂਗਾ, ਠੀਕ ਹੈ। ਜੇ ਕੋਈ ਗਲਤੀਆਂ ਗੁਲਤੀਆਂ ਆਉਂਦੀਆਂ ਨੇ, ਜਿਹੜੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਨੇ, ਮੁਸ਼ਕਿਲ ਲੱਗਦੀਆਂ ਨੇ, ਮੈਨੂੰ ਭੇਜੋ, ਜੇ ਕੋਈ ਟਾਲੀ ਨਹੀਂ ਸਮਝ ਆਉਂਦੀ, ਕੋਈ ਲਫ਼ਜ਼ ਨਹੀਂ ਸਮਝ ਆਉਂਦੇ, ਮੈਨੂੰ ਭੇਜ ਦੇਵੋ, ਠੀਕ ਹੈ ਸ਼ਾਬਾਸ਼। ਨੋਨ ਪਰਮੇਤੇ ਨਹੀਂ ਯਾਦ ਦਿੰਦਾ, ਸਵਲਤਾਰੇ ਸਨਿਸਤਰਾ ਖੱਬੇ ਮੋੜਨ ਦੀ ਵੇਰ ਹੋਇਆ, ਦੋਨੋਂ ਕੁਐਸਚਨ ਸਿਨੇਹਾ ਫਿਕਰਾ ਤੋਂ ਸਿਗਨੇਚਰ ਦੇ ਫਿਕਰੇ ਸ਼ਿਕਾਰ ਨੇ, ਅਲੇ ਇੰਕਰੋਚੀ ਚੌਂਕ ਦੇ ਵਿੱਚ ਨੋਨ ਪਰਮੇਤੇ ਪ੍ਰੋਸਕਿਊਟਰ ਦਰੀ ਤੋਂ ਸਿੱਧਾ ਜਾਣ ਦੀ ਇਜਾਜ਼ਤ, ਨੋਨ ਪਰਮੇਤੇ ਨਹੀਂ ਯਾਦ ਦਿੰਦਾ, ਪ੍ਰੋਸਕਿਊਟਰ ਦਰੀ ਤੋਂ ਸਿੱਧਾ ਜਾਣ ਦੀ ਵੇਰ ਹੋਇਆ, ਸਾਨੂੰ ਪਤਾ ਕਿ ਸਿੱਧਾ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਓਬਲੀਗੋ ਹੈ ਸੱਜਾ ਮੋੜਨਾ। ਇਸਨੇ ਫਿਕਰਾ ਸਿਗਨੇਚਰ ਫਿਕਰੇ ਸ਼ਿਕਾਰ ਨੇ, ਉਨਿਕਾ ਉਨਿਕਾ ਆਉਂਦੀ ਇੱਕ ਹੀ ਕਿਸਮ ਦੀ, ਇਕੱਲੀ ਇੱਕੋ ਕਿਸਮ ਦੀ ਦ੍ਰਿਸ਼ਿਓ ਨੇ ਡਾਇਰੈਕਸ਼ਨ ਕੌਨਸੈਂਟੀ ਦਾ ਇਜਾਜ਼ਤ ਹੈ,
ਕਹਿੰਦੇ ਇਕੱਲੀ ਇੱਕੋ ਕਿਸਮ ਦੀ ਰਿਐਕਸ਼ਨ ਜਿਹੜੀ ਤੁਹਾਨੂੰ ਇਜਾਜ਼ਤ ਹੈ। ਦੁਰਸ਼ ਕਰਨ ਪਿਆ ਹੋਇਆ, ਸਾਨੂੰ ਪਤਾ ਕਿ ਸਿਰਫ ਇਕੱਲੀ ਇੱਕੋ ਕਿਸਮ ਦੀ ਰਿਐਕਸ਼ਨ ਸਾਨੂੰ ਇਜਾਜ਼ਤ ਹੈ, ਠੀਕ ਹੈ ਸਰ ਕੇ ਵੇਰੋ ਇਸੇ ਨਾ ਵਿਗਰਾ ਤੋਂ ਇੰਡੀ ਗਾਂਡੀ ਕਹਿੰਦੇ ਨੇ ਕਿ ਪੈਰੀਕਲੋਜ਼ ਸਵਲਤਾ ਰਿਹਾ ਇਸ ਤਰ੍ਹਾਂ ਕਹਿੰਦਾ ਖਤਰਨਾਕ ਹੈਗਾ ਸੱਜਾ ਮੋੜਨਾ ਚੌਂਕ ਦੇ ਵਿੱਚੋਂ ਸੱਜਾ ਮੋੜਨਾ ਕਹਿੰਦੇ ਨੇ ਇਹ ਖਤਰਨਾਕ ਹੈਗਾ ਇੰਡੀਕੇਟ ਕਰਨ ਸ਼ਾਹ ਨੇ ਗਲਤ ਕਿਨ ਫਾਲਸ ਹੋਇਆ ਕੋਈ ਕੋਈ ਚੌਂਕ ਦੇ ਵਿੱਚੋਂ ਮੋੜਨਾ ਖਤਰਨਾਕ ਨਹੀਂ ਹੈਗਾ ਹਾਲਾਂਕਿ ਉਹ ਵੀ ਹੋਇਆ ਸੱਜਾ ਮੋੜਨਾ ਖਤਰਨਾਕ ਤਾਂ ਕੋਈ ਗੱਲ ਨਹੀਂ ਹੋ ਰਹੀ ਹੈ ਠੀਕ ਹੈ ਇਸ ਕਰਕੇ ਫਾਲਸ ਹੋਇਆ ਇਸ ਨੇ ਵੀ ਰਾਤ ਇੰਡੀ ਗੱਡੀ ਕਹਿੰਦੇ ਨੇ ਕਿ ਦੀ ਇੰਡੀਕੇਟ ਇਸ਼ਾਰਾ ਕਰ ਦਿੰਦੇ ਨੇ ਜਿਵੇਂ ਇੰਡੀਕੇਟ ਕਰਦੇ ਨੇ ਦੀ ਔਰ ਸੁਖਬੀਰ ਦਿੱਲੀ ਤੋਂ ਸਿੱਧੇ ਜਾਓ ਅੱਗੇ ਵਧੋ ਸਿੱਧੇ ਗਲਤ ਫਾਲਸ ਹੋਇਆ ਸਿੱਧਾ ਜਾਣ ਦੀ ਇਜਾਜ਼ਤ ਨਹੀਂ ਦੱਸ ਰਿਹਾ ਇੰਡੀਕੇਟ ਨਹੀਂ ਕਰ ਰਿਹਾ ਕਿਉਂਕਿ ਇਸ਼ਾ ਓਬਲੀਕੋ ਹੈਗਾ ਸੱਜੇ ਮੋੜਨਾ ਇਸ ਕਰਕੇ ਫਾਲਸ ਹੋ ਇਸਰੇ ਵਿਗਰਾਹ ਤੋਂ ਇੰਡੀ ਗਾਂਡੀ ਕਹਿੰਦੇ ਨੇ ਕਿ ਸੀ ਇਨਕਰੋਚਿਆ ਉਹਨਾਂ ਸਰਾਹ ਦਾ ਅਸੈਂਸੋਨੀਗੋ ਇਨਕਰੋਚਿਆ ਮਿਲੇਗਾ ਰੋਡ ਉਹਨਾਂ ਸਰਾਹ ਦਾ ਇੱਕ ਰੋਡ ਸੈਂਸੋਨੀਗੋ ਜਿਹੜਾ ਵਨ ਵੇ ਰੋਡ ਹੈ ਇਹ ਵੀ ਗਲਤ ਫਾਲਸ ਹੋਇਆ ਕੋਈ ਵਨ ਵੇ ਰੋਡ ਇੰਡੀਕੇਟ ਨਹੀਂ ਕਰ ਰਿਹਾ ਠੀਕ ਹੈ ਵਨ ਵੇ ਜਿਹੜਾ ਰੋਡ ਹੁੰਦਾ ਨਾ ਉਹ ਚਾਰ ਕੋਨੇ ਵਾਲਾ ਬੋਰਡ ਹੁੰਦਾ ਇਸ ਕਰਕੇ ਇਹ ਵੀ ਗਲਤ ਫਾਲਸ ਹੋਇਆ ਠੀਕ ਹੈ ਅੱਗੇ ਆ ਗਿਆ ਚਾਰ ਕੋਨੇ ਵਾਲਾ ਕਿੱਦਾਂ ਇਹ ਜਿਹੜਾ ਚਾਰ ਕੋਨੇ ਵਾਲਾ ਬੋਰਡ ਅਸੀਂ ਪਿੱਛੇ ਦੇਖਿਆ ਨਹੀਂ ਸੀ ਆਇਆ ਵੀ 53 ਨੰਬਰ ਤੇ ਸੀ ਕੋਈ ਸਮਝ ਲੱਗੀ ਚਾਰ ਕੋਨੇ ਵਾਲਾ ਹਾਂਜੀ ਓਕੇ ਓਕੇ ਜ਼ਬਰਦਸਤ ਜਿਹੜਾ ਤੁਸੀਂ ਰਾਉਂਡ ਦੇ ਵਿੱਚ ਜਿਹੜੇ ਲਿਖੇ ਆ ਉਹ ਸਿਰਫ ਆਪਾਂ ਦੱਸਣਾ ਹੈ 75 ਨੰਬਰ ਪੇਜ ਤੇ ਆਓ ਐਚ2 ਥਿਊਰੀ ਨੂੰ ਕਲਿੱਕ ਕਰੋ ਜੇ ਤੁਸੀਂ ਜੁੜ ਕੇ 75 ਨੰਬਰ ਪੇਜ ਤੇ ਆਇਓ ਹਾਂਜੀ ਐਚ ਨੂੰ ਕਲਿੱਕ ਕੀਤਾ ਜੇ ਇੱਕ ਮਿੰਟ ਹਾਂਜੀ ਕਰ ਲਿਆ ਭਾਈ ਐਚ ਨੂੰ ਕਲਿੱਕ ਕਰਕੇ ਥੱਲੇ 153 FIG ਫੁੱਲ ਸਟਾਪ 153 ਲਿਖਿਆ ਹੋਇਆ ਲਿਖਿਆ ਹਾਂਜੀ ਇਫ ਇਸ ਫਿਗੂਰੇ ਨੂੰ ਕਲਿੱਕ ਕਰੋ ਇੱਥੇ ਪਿਕਚਰ ਖੁੱਲੇਗੀ ਇਹ ਹੁੰਦਾ ਹੈ ਸੈਂਸੋਨੀਕੋ ਦਾ ਬੋਰਡ ਠੀਕ ਹੈ ਇਹਨੂੰ ਕਹਿੰਦੇ ਨੇ ਸੈਂਸੋਨੀਕੋ ਫਰੰਤਾਰੀ ਅਸੀਂ ਅੱਗੇ ਜਾ ਕੇ ਪੜਾਂਗੇ ਇਹ ਅਸੀਂ ਇਹਦੇ ਬਾਰੇ ਨਹੀਂ ਪੜ੍ਹਗੇ ਇਹ ਜੇ ਆਖਣ ਸੈਂਸੋਨੀਕੋ ਰੋਡ ਇੱਦਾਂ ਦਾ ਕੋਈ ਚੀਜ਼ ਗੱਲ ਫਿਰ ਫਾਲਸ ਹੋ ਜਾਏਗਾ ਠੀਕ ਹੈ ਇਹ ਚਾਰ ਕੋਨੇ ਵਾਲਾ ਹੁੰਦਾ ਅੱਗੇ ਆ ਗਿਆ ਇਹ ਜਿਹੜਾ ਬੋਰਡ ਹੈ ਨਾ ਇਹ ਸੂਬੀ ਤੋਂ ਨਹੀਂ ਹੈ ਵੀ ਸੱਜਾ ਮੋੜਨਾ ਓਬਲੀਗੋ ਸੱਜਾ ਮੋੜਨਾ ਲੇਕਿਨ ਥੋੜ੍ਹਾ ਜਿਹਾ ਅੱਗੇ ਜਾ ਕੇ ਜਾਂ ਅਗਲੇ ਚੌਂਕ ਵਿੱਚੋਂ ਸੱਜਾ ਮੋੜਨਾ ਓਬਲੀਗੋ ਹੈ ਠੀਕ ਹੈ ਮੁਮਕਿਨ ਹੈ ਕਿੰਨੇ ਨੂੰ ਲੱਗੀ ਹੋਈ ਜਿਹੜੀ ਦੱਸਦੀ ਹੋਵੇ 200 ਮੀਟਰ 500 ਮੀਟਰ 3 ਕਿਲੋਮੀਟਰ ਅੱਗੇ ਜਾ ਕੇ ਜਾਂ 2 ਕਿਲੋਮੀਟਰ ਅੱਗੇ ਜਾ ਕੇ ਤੁਹਾਨੂੰ ਓਬਲੀਗੋ ਹੈ ਸੱਜਾ ਮੋੜਨਾ ਠੀਕ ਹੈ ਉਹ ਸਿੱਧੇ ਦੇ ਨਾਲ ਹੀ ਕਿੰਨੇ ਲੋ ਲੱਗੀ ਹੋਵੇ ਜਿਹੜਾ ਪਿੱਛੇ ਬੋਰਡ ਪਾ ਰਹੇ ਸੂਬੀ ਤੋਂ ਚੌਂਕ ਦੇ ਨੇੜੇ ਹੁੰਦੇ ਨੇ ਇਹ ਜਿਹੜੇ ਥੋੜ੍ਹੇ ਜਿਹੇ ਚੌਂਕ ਤੋਂ ਦੂਰ ਹੁੰਦੇ ਨੇ ਠੀਕ ਹੈ ਅੱਛਾ ਜੀ ਵੀ ਅਗਲੇ ਚੌਂਕ ਤੋਂ ਤੁਸੀਂ ਇੱਧਰ ਮੋੜਨਾ ਠੀਕ ਹੈ